हेलो अस्सलाम वालेकुम साहब जी बिस्मिल्लाह कौन साहब बोल रहे हैं मेरी जान वालेकुम सलाम रहमतुल्लाह बरकात क्या ले चाहिए ठीक ठाक तकलीफ की थी मैंने की पता नहीं चल रही मजबूरी है हुक्म करो जी है जरा सैन लोबिया जुलाई के आखिरी हफ्ते मैं गुजरात नामे च पढ़िया जी सफेद लोबिया की गल कर रहे हो अच्छा ते ओ, तुसी ओ लाना चाहते हो जी मैं बीजना चाहना जी अच्छा पहला कदे नहीं बीजिया ਪਹਿਲਾਂ ਕਦੇ ਨੀ ਬੀਜਿਆ ਥੋੜਾ ਬਹੁਤ ਨਾ ਸੀਜ਼ਨ ਗੱਡੀ ਦਾ ਆਪਣੀ ਥੋੜੀ ਬਹੁਤ ਸੀਜ਼ਨ ਨਾਲ ਪੱਕ ਜਾਣਾ ਰਸਾਈਆਂ ਪੂਰੀਆਂ ਤੋੜ ਕੇ ਸਬਜ਼ੀ ਬਣਾ ਰਹੀ ਸੀ ਮੈਂ ਸਾਰੇ ਬਾਅਦ ਲਾੜਨਾ ਬੀਜਣਾ ਅੱਛਾ ਇੱਕ ਤੇ ਰਵਾ ਹੁੰਦਾ ਨਾ ਲੋਬੀਆ ਅਜੋ ਰਵਾ ਉਹ ਹੀ ਹੁੰਦਾ ਇਹ ਮੋਟਾ ਹੁੰਦਾ ਸਫੈਦ ਰੰਗ ਦਾ ਹੁੰਦਾ ਬਿਲਕੁਲ ਬਿਲਕੁਲ ਮੈਂ ਕਿਹਾ ਜ਼ਰਾ ਥੋੜਾ ਜਿਹਾ ਪਤਾ ਵੀ ਲੱਗਣਾ ਚਾਹੀਦਾ ਨਾ ਸ਼ਹਿਰਾਂ ਨੂੰ ਇਹ ਕੰਮ ਤੇ ਹੈ ਨੇ ਤੇ ਸੈਦਾਂ ਦੇ ਤੇ ਨਹੀਂ ਹਨ ਲੇਕਿਨ ਸੈਦ ਵੀ ਪਿੱਛੇ ਨਹੀਂ ਹਟਣੇ ਚਾਹੀਦੇ ਹੈ ਇਹਨੂੰ ਸਾਡੇ ਅਸਲ 'ਚ ਤੇ ਜ਼ਿਆਦਾਤਰ ਤੇ ਫਲੀਆਂ ਦੇ ਤੌਰ ਤੇ ਸਬਜ਼ੀ ਵੀ ਪਕਾਉਂਦੇ ਹਾਂ ਅਸੀਂ ਠੀਕ ਹੈ ਨਾ ਇਹਦਾ ਲੇਕਿਨ ਇਹ ਕਿ ਤੁਸੀਂ ਮੇਰੀ ਜਾਨ ਇਹ ਤੁਹਾਡੇ ਇਲਾਕੇ 'ਚ ਹੋ ਸਕਦਾ ਕਿਉਂ ਨਹੀਂ ਹੋ ਸਕਦਾ ਜ਼ਰੂਰਤ ਹੁੰਦੀ ਹੈ ਔਰ ਪੰਜਾਬ ਦੇ ਸਾਰੇ ਜਿਤਨੇ ਵੀ ਆਪਾਸ ਇਲਾਕੇ ਨੇ ਨਾ ਇਹਨਾਂ ਦੇ ਵਿੱਚ ਦੋ ਮੌਸਮਾਂ ਚ ਇਹਨੂੰ ਕਾਸ਼ਤ ਕੀਤਾ ਜਾਂਦਾ ਇੱਕ ਬਾਰੀਆ ਹੁੰਦਾ ਇੱਕ ਹੁੰਦਾ ਨਹੀਂ ਮੇਰੀ ਸੁਣ ਲਓ ਨਾ ਇੱਕ ਮੌਸਮੇ ਬਾਹਰ ਚ ਇਹਦੀ ਕਾਸ਼ਤ ਹੁੰਦੀ ਹੈ ਯਾਨੀ ਵਸਤ ਅੱਧੀ ਅੱਧ ਫਰਵਰੀ ਤੋਂ ਲੈ ਕੇ ਨਾ ਤੇ ਜ਼ਿਆਦਾਤਰ ਮਤੇ ਵਸਤ ਫਰਵਰੀ ਤੋਂ ਅਖੀਰ ਫਰਵਰੀ ਤੱਕ ਫਰਵਰੀ ਪੂਰਾ ਇਹਦੇ ਚ ਹੁੰਦਾ ਤੇ ਦੂਜਾ ਜੁਲਾਈ ਦੇ ਆਖਰੀ ਹਫਤੇ ਤੇ ਜਾਂ ਅਗਸਤ ਦੇ ਪਹਿਲੇ ਹਫਤੇ ਤੱਕ ਸਮਝ ਗਏ ਹੋ ਇਹ ਹੁਣ ਜੁਲਾਈ ਦੀ ਅੱਜ 5 ਤਾਰੀਖ ਹੈ ਤੇ ਸਮਝ ਲਓ ਆਖਰੀ ਹਫਤਾ ਰਮਜ਼ਾਨ ਹੋਏਗਾ ਰੋਜ਼ੇ ਹੋਣਗੇ ਉਹਦੇ ਚ ਤੁਸੀਂ ਜਨਾਬ ਬਿਸਮਿਲਾ ਕਰਕੇ ਬੀਜ ਲੈਣਾ ਜਾਂ ਪਹਿਲੇ ਅਗਸਤ ਦੇ ਪਹਿਲੇ ਹਫਤੇ ਤੱਕ ਇਹਦੀ ਬੁਆਈ ਕਰ ਸਕਦੇ ਹੋ ਠੀਕ ਹੈ ਲੇਕਿਨ ਇਹ ਕਿ ਲੋਕੀ ਤੇ ਵੈਸੇ ਜਿਹੜੀ ਆਮ ਜਿਹੜੀ ਹਰੀਆਂ ਫਲੀਆਂ ਛੜੀਆਂ ਲੈਂਦੇ ਨੇ ਨਾ ਉਹ ਮਈ ਦੇ ਸ਼ੁਰੂ ਚ ਹੀ ਇਹਨੂੰ ਬੀਜ ਲੈਂਦੇ ਨੇ ਠੀਕ ਹੈ ਨਾ ਤੇ ਦਾਲ ਵਾਸਤੇ ਵੀ ਲੋਕ ਕਰ ਸਕਦੇ ਨੇ ਤੁਸੀਂ ਇਹ ਕਿ ਇਨਸ਼ਾਅੱਲਾ ਤਾਲਾ ਸਤੰਬਰ ਅਕਤੂਬਰ ਅਕਤੂਬਰ ਦੇ ਅਖੀਰ ਤੇ ਤਿਆਰ ਹੋ ਜਾਏਗੀ ਇਹ ਫਸਲ ਜਿਹੜੀ ਠੀਕ ਹੈ ਨਾ ਇਹ ਕਰ ਲਓ ਇਹਦੀ ਬਿਮਾਰੀ ਦੇ ਬਾਰੇ ਕੋਈ ਨਹੀਂ ਦੱਸਿਆ ਉਹਨਾਂ ਨੇ ਜ਼ਰਾਤ ਨਾਮੇ ਦੇ ਨਾ ਤੇ ਕੋਈ ਬਿਮਾਰੀ ਹੋ ਸਕਦੀ ਜਾਂ ਬੱਚੇ ਇਲਾਜ ਜਾਂ ਮਸਲਾ ਉਹਦੇ ਵਿੱਚ ਜ਼ਿਕਰ ਕੋਈ ਨਹੀਂ ਹੈਗਾ ਉਹਨੇ ਨਹੀਂ ਦਿੱਤਾ ਤੇ ਮੈਂ ਤੁਹਾਨੂੰ ਦੱਸ ਦੇਣਾ ਨਾ ਇਹਦਾ ਇੱਕ ਤੇ ਪਤਾ ਜੇ ਨਾ ਬੀ ਜ਼ਰਾਤ ਨਾਮੇ ਵਾਲਿਆਂ ਨੇ ਦਿੱਤੇ ਸਾਰਾ ਕੁਛ ਕਿੰਨਾ ਦਿੱਤਾ ਨੇ ਬੀ 14-15 ਕਿਲੋਗ੍ਰਾਮ ਫੀ ਏਕੜ ਲੇਕਿਨ ਇੱਕ ਜਿਹੜਾ ਛੋਟੇ ਦੋ ਕਿਸਮ ਦਾ ਹੁੰਦਾ ਨਾ ਜੀ ਇੱਕ ਹੁੰਦਾ ਨਾ ਛੋਟੇ ਛੋਟੇ ਬੀ ਵਾਲਾ ਉਹ 10-12 ਕਿਲੋ ਹੀ ਬੜਾ ਹੁੰਦਾ ਉਹ ਬੜਾ ਜ਼ਾਇਕਾ ਜ਼ਾਇਕਾ ਜਿਹਾ ਛੋਟੇ ਬੀਆਂ ਵਾਲਾ ਹੈ ਨਾ ਉਹਦੇ ਉਹਦਾ ਜ਼ਾਇਕਾ ਜ਼ਿਆਦਾ ਹੁੰਦਾ ਮਜ਼ੇਦਾਰ ਹੁੰਦਾ ਹਾਂ ਇਹ ਮੈਂ ਤੁਹਾਨੂੰ ਦੱਸ ਰਿਹਾ ਜਿਸ ਤਰ੍ਹਾਂ ਮਸਰਾਂ ਦਾ ਨਹੀਂ ਹੁੰਦਾ ਮਸਰ ਜਿਹੜੇ ਨੇ ਅਗਰ ਬਰੀਕ ਮਸਰ ਹੁੰਦੇ ਨੇ ਨਾ ਉਹ ਜ਼ਿਆਦਾ ਜ਼ਾਇਕੇ ਵਾਲੇ ਹੁੰਦੇ ਮਲਕਾ ਮਸਰ ਮਸੂਰ ਜਿਹੜੀ ਹੈ ਤੇ ਇਹ ਤੁਸੀਂ ਡਰਿਲ ਕਰਕੇ ਇਹਨੂੰ ਤੁਸੀਂ ਬੀਂ ਦਿਓ ਇਨਸ਼ਾਅੱਲਾ ਤਾਲਾ ਸੈੱਟ ਹੋ ਜਾਏਗਾ ਲੇਕਿਨ ਇਹ ਕਿ ਜਿਸ ਵੇਲੇ ਬੁਆਈ ਕਰ ਲੈਣੀ ਹੈ ਨਾ ਤੇ ਜੇ ਬੀ ਉਗਾਉਣਾ
ਤੇ ਇਹ ਇਹਦੀ ਛਦਰਾਈ ਜ਼ਰੂਰ ਕਰਨੀ ਹੁੰਦੀ ਹੈ। ਪੈਦਾਵਾਰ ਅੱਛੀ ਹੋਏਗੀ ਇਨਸ਼ਾਅੱਲਾ ਤਾਲਾ। ਤੇ ਬਾਕੀ ਇਹਨੂੰ ਜਿਹੜੀਆਂ ਆਖਦੇ ਹੋ ਬਿਮਾਰੀਆਂ ਸ਼ਿਮਾਰੀਆਂ ਬਿਮਾਰੀਆਂ ਇਹਨੂੰ ਏਡੀਆਂ ਖਾਸ ਨਹੀਂ ਲੱਗਦੀਆਂ। ਕਦੀ ਖੁਦਾ ਨਾ ਖਾਸਲ ਬਿਹਤਰ ਇਹ ਕਿ ਬੀਨ ਨੂੰ ਤੁਸੀਂ ਅਗਰ ਵਾਈਟਾਵੈਕਸ ਜਾਂ ਕੋਈ ਫੁੰਫੂਦੀਕਸ਼ ਦਵਾਈ ਹੁੰਦੀ ਹੈ ਨਾ ਉਹ ਲਾ ਕੇ ਉਹ ਕੋਈ ਪਰ ਕਿਲੋ 2 ਗ੍ਰਾਮ ਵੀ ਲਾ ਲਓ ਵਾਈਟਾਵੈਕਸ ਹੋ ਗਿਆ ਕੈਪਟਾਨ ਕੋਈ ਦੇਖ ਲਓ ਹੈ ਉਹ ਲਾ ਕੇ ਤੇ ਉਹ ਦਵਾਈ ਕਰੋਗੇ ਤੇ ਬਹੁਤ ਜ਼ਬਰਦਸਤ ਹੋਏਗੀ। ਕੋਈ ਖਾਸ ਇਹਦੇ 'ਚ ਬਿਮਾਰੀ ਨਹੀਂ ਪੈਂਦੀ। ਜੇ ਕੋਈ ਹੋਏਗੀ ਤਾਂ ਮੈਂ ਤੁਹਾਨੂੰ ਦੱਸ ਦਾਂਗਾ ਡਾਇਥੇਨ M45 ਦਾ ਸਪਰੇਅ ਕਰ ਦੇਈਦਾ ਅਗਰ ਕੋਈ ਹੋਵੇ। ਠੀਕ ਹੈ। ਅੱਛਾ ਇੱਕ ਜੀ ਜੀ ਇੱਕ ਚੀਜ਼ ਪੁੱਛਣੀ ਹੋਰ ਉਹਨਾਂ ਦਾ ਜ਼ਿਕਰ ਕੀਤਾ ਖਾਣੀ ਜ਼ਮੀਨ ਕਰਕੇ ਨਾ ਦਬੜਾ ਕੇ ਤੇ ਬੱਕਰ ਆ ਜਾਵੇ। ਹਾਂਜੀ ਤੇ ਉਸ ਵੇਲੇ ਤੁਸੀਂ 50-55 ਸੈਂਟੀਮੀਟਰ ਦੇ ਫਾਸਲੇ ਤੇ ਉਹ ਡਰਿਲ ਕਰਨੀ ਹੈ ਤੇ ਉਹ ਮੈਂ ਅੱਗੇ ਕਰ ਰਿਹਾ ਸਰ ਰੌਣੀ ਕਰਕੇ ਕੀ ਕਿਹਾ ਰੌਣੀ ਕਰਕੇ ਨਾ ਜ਼ਮੀਨ ਜੋ ਬੱਤਰ ਆ ਜਾਵੇ ਉਹਨੇ ਚੰਗੀ ਤਰ੍ਹਾਂ ਕਰਮ ਕਰ ਲੈਣਾ ਉਸ ਤੋਂ ਬਾਅਦ ਉਹ ਕਾਗਜ਼ ਕਰਦਾ ਮਾਰ ਕੇ ਤੇ ਮੁੜ ਉਹਨੂੰ ਡਰਿਲ ਕਰਨੀ ਹੈ 50-55 ਸੈਂਟੀਮੀਟਰ ਇਸ ਤਰ੍ਹਾਂ ਉਹ ਜ਼ਿਕਰ ਹੈ। ਹਾਂ ਉਹ ਇਸੇ ਤਰ੍ਹਾਂ ਹੀ ਹੈ ਅਸਲ ਚ ਇਹ ਕਿ ਉਹ ਇਹ ਆਮ ਜ਼ਮੀਨ ਜਿਸ ਤਰ੍ਹਾਂ ਤੁਸੀਂ ਉਤਾਰ ਵੱਤਰ ਮਤ ਤਾਰ ਨਹੀਂ ਵੱਤਰ ਜਿਹੜਾ ਨਾ ਵੱਤਰ ਚ ਜਿਸ ਵੇਲੇ ਜ਼ਮੀਨ ਜਿਹੜੀ ਹੈ ਨਾ ਮੁਨਾਸਬ ਵੱਤਰ ਚ ਆ ਜਾਏ ਤੇ ਉਸ ਵੇਲੇ ਅਸੀਂ ਵੈਸੇ ਵੀ ਹਮੇਸ਼ਾ ਜਿਹੜਾ ਹਲ 2-3 ਸੀਆਂ ਲਾਉਂਦੇ ਹਾਂ 2-3 ਹਲ ਉਹ ਲਾ ਕੇ ਤਾਂ ਕਿ ਅਮਵਾਰ ਹੋ ਜਾਏ ਨਾਲ ਮੈਲਾ ਛੇੜਾ ਪਾ ਫੇਰ ਦੇਈਦਾ ਹੈ। ਨਹੀਂ ਨਹੀਂ ਵੱਤਰ ਚ ਠੀਕ ਰਹੇਗੀ ਵੱਤਰ ਜੀ ਤੁਸੀਂ ਜ਼ਮੀਨ ਠੀਕ ਹੋਵੇ ਉਸ ਤੋਂ ਬਾਅਦ ਜਿਸਲੇ ਹੋਏ ਤੇ ਫਿਰ ਪਾਣੀ ਛਾਣੀ ਲਾ ਲਓ ਬਾਅਦ ਜਿਸਲੇ ਤੁਸੀਂ ਉਹਨੇ ਉਹਦੇ ਚ ਪਹਿਲਾਂ ਕੋਈ ਬੋਰੀ DAP ਵਗੈਰਾ ਵੀ ਪਾਣੀ ਹੈ ਨਾ। ਹਾਂਜੀ ਹਾਂ ਵੱਤਰ ਤੇ ਬੀਜੋ ਵੱਤਰ ਚ ਬੀਜੋ ਨਾ। ਹਾਂ ਹਾਂ ਵੱਤਰ ਚ ਬੀਜੋ ਵੱਤਰ ਠੀਕ ਔਰ ਪਹਿਲਾ ਪਾਣੀ ਹੈ ਨਾ ਜਿਹੜਾ ਪਹਿਲਾ ਪਾਣੀ ਪਹਿਲਾ ਪਾਣੀ 3 ਹਫ਼ਤਿਆਂ ਬਾਅਦ ਲਾਣਾ ਉਸ ਤੋਂ ਬਾਅਦ ਗੋਡੀ ਕਰ ਲੈਣਾ ਠੀਕ ਹੈ ਨਾ ਉਹਦੇ ਨਾਲ ਜੜੀ ਬੂਟੀਆਂ ਛੁੱਟੀਆਂ ਨਿਕਲ ਜਾਣਗੀਆਂ ਬਾਅਦ ਤੁਸੀਂ 14 ਦਿਨਾਂ ਦੇ ਵਕਫੇ ਨਾਲ ਪਾਣੀ ਦੇਣ ਲਾਉਂਦੇ ਰਹਿਣਾ। ਵੈਸੇ ਵੀ ਦੇਖ ਲੈਣਾ ਨਾ ਜੇ ਬਾਰਿਸ਼ਾਂ ਹੋਣ ਤੇ ਫਿਰ ਕੀ ਇੱਕਾਂ ਦੀ ਲੋੜ ਫਿਰ 1-2 ਪਾਣੀ ਇਹਨੂੰ ਕਾਫੀ ਹੁੰਦੇ ਨੇ। ਪਾਣੀ ਚੰਗਾ ਲਾਓ ਖਾਦਾਂ ਚੰਗੀਆਂ ਪਾਓਗੇ ਤੇ ਉਹ ਹਾਈਬ੍ਰਿਡ ਸੀਡ ਦੀ ਪ੍ਰੋਡਕਸ਼ਨ ਕਿੱਥੇ ਜਾਂਦੀ ਇਹਦੀ ਇੰਨੀ ਤੇ ਨਹੀਂ ਹੋਣ ਲੱਗੀ। ਅਸਲ ਚ ਇੱਕੋ ਹੀ ਮਸ਼ਹੂਰ ਜਿਹੜੀ ਹੈ ਨਾ ਵਰਾਇਟੀ ਉਹ ਵਾਈਟ ਸਟਾਰ ਹੈ। ਫਲੀਆਂ ਜਿਹੜੀਆਂ ਨੇ ਨਾ ਕਾਫੀ ਲੰਮੀਆਂ ਹੁੰਦੀਆਂ ਨੇ ਇਹਦੇ ਦਾਣੇ ਮੋਟੇ ਹੁੰਦੇ ਨੇ ਔਰ ਮੈਂ ਉਹਦੇ ਇਹਦੇ ਜਿਹੜੇ ਨੇ ਨਾ ਇਹਦੇ ਸਫੈਦ ਮਤੇ ਹੁੰਦੇ ਤੇ ਕਾਲੇ ਨੱਕੇ ਹੁੰਦੇ ਨੇ ਇਹਦੇ ਕਾਲੇ ਨੱਕੇ ਵਾਲੇ ਹੁੰਦੇ ਨੇ ਸਫੈਦ ਠੀਕ ਠਾਕ ਕੀ ਹਾਲਾਤ ਨੇ ਠੀਕ ਠਾਕ। ਮੈਂ ਹੁਣ ਅਸਲ ਚ ਨਮਾਜ਼ ਪੜ੍ਹਨੀ ਸੀ ਤੁਹਾਡਾ ਹੁਕਮ ਯਕੀਨ ਕਰੋ ਮੈਂ ਸਵੇਰ ਦਾ ਲੱਗੇ ਆ ਮੈਂ ਹੁਣ ਕੀ ਟਾਈਮ ਹੋਇਆ ਹੁਣ 1:44 ਹੋ ਗਏ ਨੇ ਮੈਂ ਲੋਕਾਂ ਦੀ ਐਮਰਜੈਂਸੀ ਕਾਲਾਂ ਆ ਗਈਆਂ ਕਿਸੇ ਦਾ ਉਹ ਫਿਰ ਮੈਂ ਕਿਹਾ ਦੇਖੋ ਇਹ ਖਿਦਮਤ ਖਲਕ ਨਮਾਜ਼ ਉੱਤੇ ਮੈਂ ਯਕੀਨ ਕਰੋ ਕਿ ਜਮਾਤ ਜਾਂਦੀ ਰਹੀ ਹੈ ਪਰ ਕੋਈ ਗੱਲ ਨਹੀਂ ਮੈਂ ਕਿਹਾ ਇਹ ਵੀ ਅੱਲਾਹ ਤਾਲਾ ਕਬੂਲ ਕਰੇ ਇੱਕ ਖਿਦਮਤ ਹੀ ਹੈ।
ठीक है ना, बिस्मिल्लाह, दुआवां जी याद रखा जी, अल्लाह हाफिज, अल्लाह हाफिज। और इस प्रोग्राम का आखिरी सेगमेंट एज यूजुअल हदीस मुबारक, जो हदीस मुबारक में कोट कर रहा हूं ये बुखारी से है और हजूर सल्लल्लाहु अलैहि वसल्लम का अरशादे ग्रामी कि अच्छी और मीठी बात भी सदका है। इसी के साथ डॉक्टर अशरफ साहिबजादा को इजाजत दें, इंशाअल्लाह अगले प्रोग्राम में मुलाकात होगी, बशर्ते कि जिंदगी ने वफा की फी मान अल्लाह।